$20 ਲੱਗਦੇ, ਮੇ ਬੀ 1700 ਕੁਛ ਰੁਪਏ ਬਣਦੇ ਆ। ਸਾਰਿਆਂ ਨੂੰ ਇਹੀ ਭੁਲੇਖਾ ਹੈ ਕਿਵੇਂ ਅਪਲਾਈ ਕਰਨਾ, ਫੀਸ ਕਿੱਥੇ ਦੇਣੀ ਹੈ, ਪਾਸਪੋਰਟ ਕਿੱਥੇ ਜਮ੍ਹਾਂ ਕਰਾਉਣਾ ਹੈ, ਉੱਧਰ ਜਾਣ 'ਤੇ ਕਿੰਨਾ ਟਾਈਮ ਲੱਗਦਾ, ਇਹ ਸਾਰੀਆਂ ਚੀਜ਼ਾਂ। ਦੇਖੋ, ਸਾਰੀ ਸੰਗਤ ਨੂੰ ਬੇਨਤੀ ਹੋਈ ਕਿ ਜਿੰਨੀ ਜਿਸ ਕਿਸੇ ਨੇ ਵੀ ਆਉਣਾ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਪ੍ਰੋਪਰ ਡਾਕੂਮੈਂਟੇਸ਼ਨ ਕਰਾ ਕੇ ਫਿਰ ਹੀ ਆਓ। ਆਈਡੀ ਪਰੂਫ ਸਿਰਫ ਪਾਸਪੋਰਟ? ਪਾਸਪੋਰਟ, ਪਾਸਪੋਰਟ, ਪਾਸਪੋਰਟ ਇੱਧਰਲੇ ਪਾਸੇ ਦੇਖਿਆ ਜਾਂਦਾ ਕਿ ਉੱਧਰਲੇ ਪਾਸੇ? ਦੋਨੇ ਪਾਸੇ ਦੇਖਿਆ ਜਾਂਦਾ ਜੀ। ਪੀਟੀਏ ਫਾਰਮ ਜਦੋਂ ਤੁਹਾਡੀ ਰਜਿਸਟ੍ਰੇਸ਼ਨ ਅਪਰੂਵ ਹੋ ਜਾਂਦੀ ਹੈ ਉਸ ਤੋਂ ਬਾਅਦ ਮਿਲਦਾ? ਰਜਿਸਟ੍ਰੇਸ਼ਨ ਹੋ ਗਈ, ਅਪਰੂਵ ਹੋ ਗਈ, ਉਸ ਤੋਂ ਬਾਅਦ ਹੀ ਤਿੰਨ ਚਾਰ ਸਟੈਪ ਹੈਗੇ ਆ ਉਹਦੇ। ਅਰਦਾਸ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਅਰਦਾਸ ਬੇਨਤੀ ਕੀਤੀ ਜਾ ਰਹੀ ਸੀ ਕਿ ਨਨਕਾਣਾ ਸਾਹਿਬ ਅਤੇ ਹੋਰ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ, ਖੁੱਲ੍ਹੇ ਦਰਸ਼ਨ ਦੀਦਾਰੇ ਕੀਤੇ ਜਾਣ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਚੁੱਕਿਆ, ਅੱਜ ਦੂਸਰਾ ਦਿਨ ਹੈ, 10 ਨਵੰਬਰ ਹੈ। ਸਾਡੇ ਨਾਲ ਇੱਕ ਨੌਜਵਾਨ ਨੇ ਜਿਹੜੇ ਕਿ ਉੱਧਰੋਂ ਦਰਸ਼ਨ ਕਰਕੇ ਆਏ ਨੇ ਪਾਕਿਸਤਾਨ ਵਾਲੇ ਪਾਸੇ। ਕੀ ਨਾਮ ਹੈ ਜੀ? ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ, ਮੈਂ ਕਲਾਨੌਰ ਤੋਂ ਰਹਿਣ ਵਾਲਾ ਹੋਇਆ। ਸੋ ਅੱਜ ਕਿਵੇਂ ਲੱਗ ਰਿਹਾ ਤੁਹਾਨੂੰ ਪਹਿਲਾਂ ਦੱਸੋ ਜੀ? ਬਹੁਤ ਹੀ ਵਧੀਆ, ਜਿਹਨੂੰ ਕਿ ਆਪਾਂ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦੇ ਉਹ ਫੀਲ ਆ ਰਹੀ ਹੈ ਕਿ ਜਾਈ ਜੋ ਅਸੀਂ ਕਹਿੰਦੇ ਸੀਗੇ ਕਿ ਅਰਦਾਸ 'ਚ ਆਪਣੀ ਬੇਨਤੀ ਕਰਦੇ ਸੀਗੇ, ਸਾਡੇ ਜਿਹੜੇ ਗੁਰਤਾਮ ਸਾਡੇ ਤੋਂ ਵਿਛੜ ਗਏ ਨੇ, ਸਾਨੂੰ ਉਹਨਾਂ ਦੇਖਣ ਦਾ ਮੌਕਾ ਮਿਲੇ, ਸਾਂਭ ਸੰਭਾਲ ਦਾ ਮੌਕਾ ਮਿਲੇ। ਅੱਜ ਜੋ ਸਾਡੀ ਅਰਦਾਸ ਪੂਰੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ, ਉਹ ਸਾਡੀ ਅੱਜ ਅਰਦਾਸ ਪੂਰੀ ਕੀਤੀ ਹੈ। ਸੋ ਸਭ ਤੋਂ ਪਹਿਲਾਂ ਤੁਸੀਂ ਅਪਲਾਈ ਕਦੋਂ ਕੀਤਾ ਸੀ? ਕਿਉਂਕਿ ਇੱਕ ਇੱਕ ਟੈਕਨੀਕਲ ਜਿਹੜੀ ਤਕਨੀਕੀ ਜਾਣਕਾਰੀ ਹੈ ਉਹ ਅਸੀਂ ਜ਼ਰੂਰ ਇਹਨਾਂ ਦੇ ਜ਼ਰੀਏ ਲੈਣਾ ਚਾਹਾਂਗੇ, ਕਿਉਂਕਿ ਹਾਲੇ ਵੀ ਸੰਗਤ ਦੇ ਵਿੱਚ ਬਹੁਤ ਸਾਰੀ ਕਨਫਿਊਜ਼ਨ ਹੈ ਕਿ ਅਪਲਾਈ ਕਿਵੇਂ ਕਰਨਾ ਹੈ, ਪਾਸਪੋਰਟ ਕਿੱਥੇ ਦਿਖਾਉਣਾ ਹੈ, ਫੀਸ ਕਿੱਥੇ ਦਿਖਾਉਣੀ ਹੈ, ਕਦੋਂ ਤੱਕ ਵੀਜ਼ਾ, ਕਦੋਂ ਤੱਕ ਤੁਹਾਡੀ ਅਪਰੂਵਲ ਆ ਜਾਂਦੀ ਹੈ। ਸੋ ਤੁਸੀਂ ਦੱਸੋ ਕਿੰਨੀ ਤਰੀਕ ਨੂੰ ਅਪਲਾਈ ਕੀਤਾ? ਮੈਂ ਜੀ ਕੀਤਾ ਸੀਗਾ ਜਿਸ ਦਿਨ ਫਾਰਮ ਖੋਲ੍ਹਿਆ ਸੀ 26 ਤਰੀਕ ਨੂੰ, ਮੈਂ ਉਸ ਦਿਨ ਰਾਤ ਨੂੰ ਅਪਲਾਈ ਕੀਤਾ ਸੀਗਾ। ਅਤੇ ਉਸ ਤੋਂ ਸੌਖੇ ਤਰੀਕੇ ਨਾਲ ਹੋ ਗਿਆ ਸੀ ਅਪਲਾਈ? ਹਾਂਜੀ ਹਾਂਜੀ, ਬਹੁਤ ਵਧੀਆ, ਈਜ਼ੀਲੀ ਸੀਗਾ। ਬਸ ਉਹ 'ਚ ਪਾਸਪੋਰਟ ਨੰਬਰ ਸੀਗਾ, ਆਧਾਰ ਕਾਰਡ ਨੰਬਰ ਭਰਨਾ ਸੀਗਾ, ਆਪਣੀਆਂ 2 ਫੋਟੋਆਂ ਅਪਲੋਡ ਕਰਨੀਆਂ ਸੀਗੀਆਂ। ਉਸ ਤੋਂ ਬਾਅਦ ਜਿਹੜੀ ਆ ਆਪਣੀ ਪੁਲਿਸ ਸਟੇਸ਼ਨ ਵੈਰੀਫਿਕੇਸ਼ਨ ਹੋਏਗੀ, ਉਸ ਤੋਂ ਬਾਅਦ ਤੁਹਾਨੂੰ ਤਰੀਕ ਦੇ ਦਿੱਤੀ ਜਾਏਗੀ, ਤੁਹਾਨੂੰ ਮੈਸੇਜ ਆ ਦਿੱਤਾ ਜਾਏਗਾ, ਜਾਂ ਤੁਹਾਨੂੰ ਈਮੇਲ ਆ ਜਾਏਗੀ ਕਿ ਕਿਵੇਂ ਤੁਹਾਡੀ ਕਿੰਨੀ ਤਰੀਕ ਫਾਈਨਲ ਹੈ। ਤੁਸੀਂ ਕਿੰਨੇ ਦਿਨ ਬਾਅਦ ਤੁਹਾਨੂੰ ਈਮੇਲ ਆਈ ਸੀ, ਮੈਸੇਜ ਆਇਆ ਸੀ? ਮੈਨੂੰ ਆ ਗਿਆ ਸੀਗਾ ਕੋਈ 6 ਦਿਨ ਬਾਅਦ ਮੈਸੇਜ ਆ ਗਿਆ ਸੀਗਾ ਕਿ ਤੁਸੀਂ ਇੰਨੀ 10 ਤਰੀਕ ਨੂੰ ਤੁਸੀਂ ਜਾ ਰਹੇ ਹੋ। ਸੋ ਉਸ ਤੋਂ ਬਾਅਦ ਫਿਰ ਜੋ ਤੁਸੀਂ ਅੰਦਰ ਗਏ, ਕਿਹੜੇ ਗੇਟ ਥਾਣੀ ਅੰਦਰ ਜਾਂਦੇ ਹੋ, ICP ਅਤੇ ਕਿੱਥੇ ਪਾਸਪੋਰਟ ਦੇਣਾ, ਕਿੱਥੇ ਫੀਸ ਦੇਣੀ ਹੈ? ਜਦੋਂ ਆਪਾਂ ਅੰਦਰ ਐਂਟਰ ਕਰਦੇ ਹਾਂ ਤਾਂ ਸਾਡੀ ਪ੍ਰੋਪਰ ਚੈਕਿੰਗ ਹੁੰਦੀ ਹੈ। ਪਹਿਲੇ ਚੈਕਿੰਗ ਹੋਣ ਤੋਂ ਬਾਅਦ ਸਾਨੂੰ ਸਾਡਾ ਪਾਸਪੋਰਟ ਲਿਆ ਜਾਂਦਾ, ਉਸ ਤੋਂ ਬਾਅਦ ਸਾਨੂੰ ਇੱਕ ਸਲਿੱਪ ਕੱਟ ਦਿੱਤੀ ਜਾਂਦੀ ਜਦੋਂ ਆਪਾਂ ਉਸ ਮੇਨ 0 ਲਾਈਨ ਤੋਂ ਆਪਾਂ ਐਂਟਰ ਕਰਦੇ ਹਾਂ ਪਾਕਿਸਤਾਨ ਵਾਲੇ ਪਾਸੇ। ਫਿਰ ਪਾਕਿਸਤਾਨ ਵਾਲੇ ਪਾਸੇ ਸਾਡੀ ਪੂਰੀ ਚੈਕਿੰਗ ਹੁੰਦੀ ਆ, ਉਸ ਤੋਂ ਬਾਅਦ ਉਹ ਸਾਨੂੰ ਇੱਕ ਸਲਿੱਪ ਉਹ ਕੱਟ ਕੇ ਦਿੰਦੇ ਨੇ। ਉਸ ਤੋਂ ਬਾਅਦ ਆਪਾਂ ਅੱਗੇ ਜਾ ਕੇ ਫਿਰ ਸਾਨੂੰ ਜਿਹੜੀ ਆਪਣੀ ਸਾਡੇ ਮਨੀ ਹੈ ਉਹਨੂੰ ਪਹਿਲਾਂ ਆਪਾਂ ਡਾਲਰਾਂ 'ਚ ਚੇਂਜ ਕਰਵਾਵਾਂਗੇ ਉਹਨਾਂ ਦੀ ਫੀਸ ਦੇਣ ਵਾਸਤੇ। ਉਸ ਤੋਂ ਬਾਅਦ ਹਾਂਜੀ US ਡਾਲਰ $20 ਲੱਗਦੇ, ਮੇ ਬੀ 1700 ਕੁਛ ਰੁਪਏ ਬਣਦੇ ਆ। ਉਸ ਤੋਂ ਬਾਅਦ ਜਿਹੜੇ ਸੀਗੇ ਸਾਨੂੰ ਇੰਡੀਅਨ ਕਰੰਸੀ ਆਪਾਂ ਚੇਂਜ ਕਰਵਾਉਣੀ ਹੈ, ਉਹ ਵੀ ਆਪਾਂ ਕਰਵਾ ਸਕਦੇ। ਜੇ ਨਹੀਂ ਕਰਵਾਉਣੀ ਆਪਾਂ ਤਾਂ ਵੀ ਕਰਵਾ ਸਕੋ, ਤਾਂ ਵੀ ਕੋਈ ਗੱਲ ਨਹੀਂ ਹੈਗੀ, ਉਹਨਾਂ ਕੋਲੋਂ ਕੋਈ ਪਾਬੰਦੀ ਨਹੀਂ ਹੈਗੀ। ਹਾਂ, ਤੁਸੀਂ ਪਾਕਿਸਤਾਨੀ ਕਰੰਸੀ ਹੀ ਲਵੋ ਜਾਂ ਤੁਹਾਡੇ ਕੋਲ ਜਿਹੜੀ ਕਰੰਸੀ ਵੀ ਆ ਉਹ ਐਕਸੈਪਟੇਬਲ ਆ। ਠੀਕ ਹੈ, ਸੋ ਉੱਧਰ ਜਾ ਕੇ ਕਿਵੇਂ ਦਾ ਪ੍ਰਬੰਧ ਸੀਗਾ? ਉੱਥੇ ਜਦੋਂ ਤੁਸੀਂ ਪਹੁੰਚੇ ਸਭ ਤੋਂ ਪਹਿਲਾਂ ਕੀ ਦੇਖਿਆ? ਉਸ ਤੋਂ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਚਿਹਰਾ ਸਾਹਮਣੇ ਹੁੰਦਾ ਜੀ ਕਿ ਹਾਂ ਭਾਈ ਚਲੋ ਜਿਹੜੀ ਫੋਟੋ ਬਣੀ ਆ ਉਹ ਤਾਂ ਇੱਕ ਮਨ ਘੜਤ, ਉਹ ਮਨ ਘੜਤਾ, ਬਟ ਫਿਰ ਵੀ ਜੋ ਇੱਕ ਸਾਡੇ ਮਨ ਅੰਦਰ ਵੱਸ ਗਈ ਦੀ ਹੈ ਨਾ, ਉਹੀ ਚੀਜ਼ ਸਾਡੇ ਸਾਹਮਣੇ ਆਉਂਦੀ ਹੈ। ਗੁਰੂ ਨਾਨਕ ਪਾਤਸ਼ਾਹ ਇੱਥੇ ਖੇਤੀ ਕਰਦੇ ਰਹੇ ਨੇ, ਇੱਥੇ ਉਹਨਾਂ ਨੇ ਕਿਰਤ ਕਰੋ ਦਾ ਜਿਹੜਾ ਉਹਨਾਂ ਨੇ ਸੰਦੇਸ਼ ਦਿੱਤਾ ਸੀਗਾ, ਵੰਡ ਛਕੋ ਦਾ ਸੰਦੇਸ਼ ਦਿੱਤਾ ਸੀਗਾ, ਨਾਮ ਜਪੋ ਦਾ ਸੰਦੇਸ਼ ਦਿੱਤਾ ਸੀਗਾ। ਸੋ ਮੈਂ ਉੱਥੇ ਜਾ ਕੇ ਤਾਂ ਇੱਕ ਰੂਹਾਨੀਅਤ ਦੀ ਮਤਲਬ ਫੀਲਿੰਗ ਆਉਂਦੀ ਹੈ ਜੀ ਉੱਥੇ ਜਾ ਕੇ। ਸੋ ਉੱਥੋਂ ਉਹਨਾਂ ਦੀ ਜਿਹੜੀ ਹੋਸਪਿਟੈਲਿਟੀ ਜਾਂ ਜਿਵੇਂ ਤੁਹਾਡੀ ਉੱਥੇ ਖਾਤਰਦਾਰੀ ਕਹਿ ਦਈਏ ਆਪਾਂ ਹੋਈ, ਕਿ ਵੈਸੇ ਤਾਂ ਗੁਰੂ ਘਰਾਂ ਦੇ ਵਿੱਚ ਸਾਰੇ ਆਪਾਂ ਇੱਕੋ ਜਿਹੇ ਹੁੰਦੇ ਹਾਂ। ਖਾਤਰਦਾਰੀ ਪੱਖੋਂ ਜੀ ਵੇਖੋ ਜੀ, ਉਹ ਤਾਂ ਪਹਿਲਾਂ ਹੀ ਚਾਹੁੰਦੇ ਨੇ ਕਿ ਸਾਡੇ ਭਰਾ ਜਿਹੜੇ ਇੰਡੀਆ ਵਾਲੇ ਜਾਂ ਉਹ ਸਾਡੇ ਕੋਲ ਆਉਣ, ਆਪਾਂ ਉਹਨਾਂ ਦੀ ਸੇਵਾ ਕਰੀਏ। ਬਿਲਕੁਲ ਸਭ ਕੁਛ
ਬਹੁਤ ਹੀ ਵਧੀਆ ਪ੍ਰਬੰਧ ਸੀਗਾ, ਜਿਹੜਾ ਕਿ ਲਫਜ਼ਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਇੰਨੀ ਉਹਨਾਂ ਦੀ ਆਓ ਭਗਤ, ਇੰਨਾ ਪਿਆਰ, ਇੰਨਾ ਹੰਬਲਨੈਸ, ਇੰਨੀ ਉਹ ਬਹੁਤ ਹੀ ਵਧੀਆ ਹੋਸਪਿਟੈਲਿਟੀ ਬਹੁਤ ਵਧੀਆ ਉਹਨਾਂ ਦੀ ਸੀਗੀ। ਸੋ ਤੁਹਾਨੂੰ ਤੁਹਾਡੀ ਕਿਸੇ ਨਾਲ ਇੰਟਰੈਕਸ਼ਨ ਹੋਈ ਉੱਧਰਲੇ ਜਿਹੜੇ ਸਿੱਖ ਨੇ, ਕਿੰਨੀ ਕੁ ਸੰਗਤ ਸੀ, ਇੱਧਰੋਂ ਕਿੰਨੇ ਜਣਿਆਂ ਦਾ ਜਥਾ ਗਿਆ ਸੀ? ਸੰਗਤ ਤਾਂ ਕਾਫੀ ਸੀਗੀ, ਉੱਧਰਲੀ ਸੰਗਤ ਵੀ ਕਾਫੀ ਸੀਗੀ, ਇੱਧਰਲੀ ਸੰਗਤ ਵੀ ਕਾਫੀ ਸੀਗੀ, ਬਟ ਸਾਨੂੰ ਪਛਾਣ ਨਹੀਂ ਸੀ ਆਉਂਦੀ ਕਿ ਉੱਧਰ ਦਾ ਕਿਹੜਾ ਜਾਂ ਇੱਧਰ ਦਾ ਕਿਹੜਾ, ਸਿਰਫ ਬੋਲੀ ਤੋਂ ਪਾਲਾ ਜਦੋਂ ਆਪਾਂ ਗੱਲ ਕਰਦੇ ਸੀਗੇ, ਬਟ ਕਾਫੀ ਜਿਹੜੇ ਉੱਧਰ ਦੇ ਸਿੰਧੀ ਸਿੰਘ ਸੀ, ਪਠਾਣੀ ਸਿੱਖ ਜਿਹੜੇ ਸੀਗੇ ਉਹ ਕਾਫੀ ਸੀਗੇ। ਇੱਧਰੋਂ ਕਿੰਨੇ ਜਣਿਆਂ ਦਾ ਜਥਾ ਗਿਆ ਸੀ? ਇੱਧਰੋਂ ਜੀ ਵੇਖੋ ਅਲੱਗ ਅਲੱਗ ਗਏ ਸੀਗੇ, ਪਰ ਜਥਾ ਮੇਰੇ ਹਿਸਾਬ ਨਾਲ ਕੋਈ 250 ਤੋਂ 300 ਜੀ ਸੀਗਾ ਜਿਹੜਾ ਗਿਆ ਸੀਗਾ। ਟੋਟਲ 250-300? ਹਾਂਜੀ ਟੋਟਲ 250-300। ਪਰ 5000 ਦੀ ਪਰਮਿਸ਼ਨ ਹੈਗੀ ਆ ਨਾ? ਦੇਖੋ ਜੀ ਪਰਮਿਸ਼ਨ ਤਾਂ ਇੱਕ ਦਿਨ 'ਚ 5000 ਦੀ ਹੈਗੀ ਆ ਕਿ ਇੰਨਾ ਬੰਦਾ ਜਾ ਸਕਦਾ, ਬਟ ਜਿੰਨਿਆਂ ਨੇ ਰਜਿਸਟ੍ਰੇਸ਼ਨ ਕਰਾਈ ਹੋਊਗੀ ਉਹੀ ਜਾ ਸਕਦੇ ਨੇ, ਬਟ ਕਈਆਂ ਨੂੰ ਇਹ ਵੀ ਪਰੇਸ਼ਾਨੀ ਹੈਗੀ ਆ ਕਿ ਜਿਵੇਂ ਇੱਕ ਪਰਿਵਾਰ ਦੇ ਮੁਖੀ ਨੇ ਫਾਰਮ ਭਰਤੇ, ਬਾਕੀਆਂ ਨੇ ਜਿਹੜੇ ਫਾਰਮ ਨਹੀਂ ਭਰੇ, ਸਿਰਫ ਉਹਨਾਂ ਪਾਸਪੋਰਟ ਮੈਨਸ਼ਨ ਕਰ ਦਿੱਤਾ ਗਿਆ, ਉਹ ਨਹੀਂ ਸਿਸਟਮ ਹੈਗਾ, ਜੇ ਜਿੰਨੇ ਜਣੇ ਜਾਣਗੇ ਉਹਨੇ ਸਾਰਿਆਂ ਦਾ ਅਲੱਗ ਅਲੱਗ ਫਾਰਮ ਭਰਨਾ ਪਏਗਾ। ਇਹ ਵੀ ਨੁਕਸਾਨ, ਇਹ ਵੀ ਕਿਤੇ ਨਾ ਕਿਤੇ ਨੁਕਸਾਨ ਹੋਇਆ। ਇੱਕ ਫੈਮਿਲੀ ਸੀਗੀ ਪਟਿਆਲੇ ਤੋਂ ਆਈ ਸੀਗੀ, ਉਹਨਾਂ ਨੇ ਇੱਕ ਨੇ ਆਪਣੇ ਪਰਿਵਾਰ ਦੇ ਮੁਖੀ ਨੇ ਕੀਤਾ ਸੀਗਾ ਜਿਹੜਾ ਫਾਰਮ ਫਿਲ ਕੀਤਾ, ਆਪਣਾ ਨਾਮ ਨੋਮੀਨੇਟ ਕੀਤਾ ਸੀਗਾ, ਬਾਕੀਆਂ ਨੇ ਪਾਸਪੋਰਟ ਨੰਬਰ ਕੀਤੇ ਸੀਗੇ, ਬਟ ਉਹ ਨਹੀਂ ਗੱਲ ਨਹੀਂ ਬਣੀ, ਜਿਹੜਾ ਜਿਹਨੇ ਜਿਹੜਾ ਮੇਨ ਨੋਮੀ ਸੀਗਾ ਉਹੀ ਅੰਦਰ ਗਿਆ, ਬਾਕੀ ਸਭ ਇੱਥੇ ਹੀ ਰਹਿ ਗਏ। ਠੀਕ ਹੈ ਬਈ, ਇਹ ਵੀ ਬਹੁਤ ਵੱਡੀ ਇੱਕ ਇਨਫੋਰਮੇਸ਼ਨ ਹੈਗੀ ਹੈ, ਇੰਪੋਰਟੈਂਟ ਜਾਣਕਾਰੀ ਹੈ, ਮਹੱਤਵਪੂਰਨ ਜਾਣਕਾਰੀ ਹੈ ਕਿ ਜਿਹਨੇ ਅਪਲਾਈ ਕੀਤਾ ਉਹੀ ਜਾ ਸਕਦਾ ਆ। ਸੋ ਹੋਰ ਕੋਈ ਇਸ ਦੇ ਰਿਗਾਰਡਿੰਗ ਕੋਈ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਸੰਗਤ ਨੂੰ ਨਹੀਂ ਪਤਾ, ਕਿਉਂਕਿ ਸਾਰਿਆਂ ਨੂੰ ਇਹੀ ਭੁਲੇਖਾ ਹੈ ਕਿਵੇਂ ਅਪਲਾਈ ਕਰਨਾ, ਫੀਸ ਕਿੱਥੇ ਦੇਣੀ ਹੈ, ਪਾਸਪੋਰਟ ਕਿੱਥੇ ਜਮ੍ਹਾਂ ਕਰਾਉਣਾ, ਉੱਧਰ ਜਾਣ 'ਤੇ ਕਿੰਨਾ ਟਾਈਮ ਲੱਗਦਾ, ਇਹ ਸਾਰੀਆਂ ਚੀਜ਼ਾਂ। ਦੇਖੋ ਸਾਰੀ ਸੰਗਤ ਨੂੰ ਬੇਨਤੀ ਹੋਈ ਕਿ ਜਿੰਨੇ ਜਿਸ ਕਿਸੇ ਨੇ ਵੀ ਆਉਣਾ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਪ੍ਰੋਪਰ ਡਾਕੂਮੈਂਟੇਸ਼ਨ ਕਰਾ ਕੇ ਫਿਰ ਹੀ ਆਓ। ਕੁਝ ਸੰਗਤ ਜਿਹੜੀ ਹੈ ਨਿਰਾਸ਼ ਹੋ ਕੇ ਗਈ ਹੈ ਕਿ ਸਾਨੂੰ ਇੱਥੋਂ ਐਂਟਰੀ ਨਹੀਂ ਮਿਲੀ, ਕਈਆਂ ਦੇ ਮਨ ਵਿੱਚ ਭੁਲੇਖਾ ਸੀਗਾ ਕਿ ਜੀ ਅੱਜ ਕੇ 2 ਦਿਨ ਜਿਹੜਾ ਲਾਂਘਾ ਓਪਨ ਲਈ ਖੁੱਲ੼੍ਹਾ ਰਹਿਣਾ ਹੈਗਾ ਵਾ, ਕੋਈ ਗੱਲ ਨਹੀਂ, ਬਟ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਪਾਸਪੋਰਟ ਵਗੈਰਾ, ਆਪਣੀ ਡਾਕੂਮੈਂਟੇਸ਼ਨ ਕੰਪਲੀਟ ਕਰਕੇ ਫਿਰ ਆਓ, ਉਸ ਤੋਂ ਬਾਅਦ ਹੀ ਤੁਹਾਨੂੰ ਅੱਗੇ ਜਾਣ ਦਿੱਤਾ ਜਾਏਗਾ, ਇਸ ਤੋਂ ਇਲਾਵਾ ਅੱਗੇ ਨਹੀਂ ਜਾਣ ਦਿੱਤਾ ਜਾਏਗਾ। ਸੋ ਉਧਰੋਂ ਤੁਸੀਂ ਕੀ ਲੈ ਕੇ ਆਏ ਹੋ? ਜਿਹੜੀ ਖਰੀਦਦਾਰੀ ਕਰਕੇ ਕੱਪੜੇ ਲੈ ਕੇ ਆਏ, ਥੋੜ੍ਹਾ ਸੀਗਾ ਲੱਕੜ ਦਾ ਸਮਾਨ ਸੀਗਾ ਉਹ ਲੈ ਕੇ ਆਏ, ਜਿਹੜਾ ਬਹੁਤ ਵਧੀਆ ਲੱਗਾ ਸੀਗਾ। ਤੂੰ ਉੱਥੋਂ ਦੇ ਜਿਹੜੇ ਇਕੱਲੇ ਸਿੱਖ ਲੋਕ ਹੀ ਸੀਗੇ ਜਾਂ ਫਿਰ ਗੁਰਦੁਆਰੇ ਦੇ ਵਿੱਚ ਜਿਹੜੇ ਮੁਸਲਮਾਨ ਨੇ ਉਹ ਵੀ ਆਏ ਹੋਏ ਸੀ ਸੰਗਤ? ਮੁਸਲਮਾਨ ਭਰਾ ਵੀ ਸੀਗੇ, ਹਿੰਦੂ ਭਰਾ ਵੀ ਸੀਗੇ, ਫਿਰ ਸਿੱਖ ਭਰਾ ਵੀ ਸੀਗੇ, ਬਹੁਤ ਵਧੀਆ ਪਿਆਰ ਮਿਲਿਆ ਉਹਨਾਂ ਕੋਲ ਸਾਨੂੰ। ਜਿਵੇਂ ਸਰਕਾਰਾਂ ਕਰਦੀਆਂ ਨੇ ਕਿ ਹਾਂਜੀ ਦੁਸ਼ਮਣ ਹੈ ਪਾਕਿਸਤਾਨ ਸਾਡਾ, ਪਾਕਿਸਤਾਨ ਵਾਲੇ ਵੀ ਇੱਦਾਂ ਦੀਆਂ ਗੱਲਾਂ ਕਿਤੇ ਨਾ ਕਿਤੇ ਕਰ ਜਾਂਦੇ ਨੇ, ਉੱਥੇ ਜਾ ਕੇ ਤੁਹਾਨੂੰ ਕੀ ਫੀਲ ਹੋਇਆ? ਆਮ ਲੋਕਾਂ ਨੂੰ ਲੱਗਦਾ ਵੀ ਅਸੀਂ ਦੁਸ਼ਮਣਾਂ ਦੇ ਦੇਸ਼ 'ਚ ਜਾ ਰਹੇ ਹਾਂ? ਨਹੀਂ ਨਹੀਂ, ਸਾਨੂੰ ਤਾਂ ਜਾ ਕੇ ਫੀਲ ਨਹੀਂ ਹੋਇਆ ਕਿ ਅਸੀਂ ਪੰਜਾਬ ਵਿੱਚ ਹਾਂ, ਇੰਡੀਆ 'ਚ ਹਾਂ ਜਾਂ ਪਾਕਿਸਤਾਨ ਵਿੱਚ ਹਾਂ, ਇੰਨੇ ਵਧੀਆ ਉੱਥੋਂ ਦੇ ਲੋਕ ਨੇ, ਬਹੁਤ ਹੀ ਵਧੀਆ ਮਿਲਨਸਾਰ ਲੋਕ ਨੇ, ਬਹੁਤ ਹੀ ਪਿਆਰ ਕਰਨ ਵਾਲੇ ਨੇ। ਮੈਨੂੰ ਲੱਗਦਾ ਇਹ ਵੀ ਸੰਗਤ ਉੱਧਰੋਂ ਹੀ ਆਈ ਹੈ, ਗੱਲ ਕਰ ਲਈਏ। ਕੀ ਨਾਮ ਹੈ ਤੁਹਾਡਾ? ਹਾਂਜੀ, ਮੇਰਾ ਨਾਮ ਕੁਲਤਾਰ ਸਿੰਘ ਹੈ ਜੀ। ਕਿਵੇਂ ਲੱਗ ਰਿਹਾ ਤੁਹਾਨੂੰ ਦਰਸ਼ਨ ਕਰਕੇ ਕਰਤਾਰਪੁਰ ਸਾਹਿਬ ਦੇ? ਬਹੁਤ ਵਧੀਆ, ਮਤਲਬ ਮਹਿਸੂਸ ਹੋ ਰਿਹਾ ਸਾਨੂੰ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਉਹ ਧਰਤੀ ਸਰਜ਼ਮੀਨ ਨੂੰ ਅੱਜ ਸਿੱਧਾ ਕਰਕੇ ਆਏ ਹਾਂ, ਜਿੱਥੇ ਬਾਬੇ ਨਾਨਕ ਨੇ ਆਪਣੇ ਜੀਵਨ ਦੇ ਵਿੱਚ ਅਖੀਰਲੇ ਸਮੇਂ ਦੇ ਵਿੱਚ ਜਦੋਂ ਸਤਿਗੁਰੂ ਜੀ ਸਰੀਰ ਕਰਕੇ ਸੰਸਾਰ ਤੋਂ ਰਵਾਨਾ ਹੋਣ ਲੱਗੇ ਨੇ, ਉਸ ਜਗ੍ਹਾ 'ਤੇ ਬਾਬੇ ਨਾਨਕ ਨੇ ਜੋ ਹੈ ਖੇਤੀ ਕੀਤੀ ਹੈ, ਕਿਰਤ ਕੀਤੀ ਹੈ, ਅਤੇ ਆਪਣੇ ਗੁਰਸਿੱਖ ਨੂੰ ਪੈਗਾਮ ਦਿੱਤਾ ਹੈ ਕਿ ਵੇਖੋ ਜਿੱਥੇ ਸਾਡੇ ਜੀਵਨ ਦੇ ਵਿੱਚ ਇੱਕ ਧਰਮ ਵਾਲਾ ਪੱਖ ਵੀ ਹੋਣਾ ਚਾਹੀਦਾ ਹੈ, ਉੱਥੇ ਅਸੀਂ ਗ੍ਰਿਸ਼ਤੀ ਹੋਣੇ ਚਾਹੀਦੇ ਹਾਂ, ਉੱਥੇ ਸਾਡੇ ਜੀਵਨ ਦੇ ਵਿੱਚ ਕਿਰਤ ਜਿਹੜੀ ਹੈ ਉਹਦਾ ਵੀ ਹੋਣਾ ਬਹੁਤ ਲਾਜ਼ਮੀ ਹੈ, ਭਗਤੀ ਦੇ ਨਾਲ ਨਾਲ ਧਰਮ ਵਾਲਾ ਪੱਖ ਵੀ ਆਪਣੀ ਜਗ੍ਹਾ ਹੈ, ਨਾਲ ਕਿਰਤੀ ਬਾਬੇ ਨਾਨਕ ਨੇ ਆਪ ਹੱਲ ਚਲਾਇਆ ਹੈ, ਅੱਜ ਉਹ ਸਰਜ਼ਮੀਨ ਵੇਖ ਕੇ ਆਏ ਹਾਂ, ਬੜੀ ਖੁਸ਼ੀ ਸਾਨੂੰ ਅੱਜ ਜਿਹੜੀ ਮਹਿਸੂਸ ਹੋ ਰਹੀ ਹੈ। ਤੁਹਾਡਾ ਕੀ ਨਾਮ ਹੈ? ਪਰਮਪ੍ਰੀਤ ਸਿੰਘ ਜੀ। ਕਿੱਥੋਂ ਆਏ ਹੋ ਤੁਸੀਂ? ਅਨੰਦਪੁਰ ਸਾਹਿਬ ਤੋਂ। ਸੋ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਨਗਰੀ ਦੇ ਦਰਸ਼ਨ ਕਰਕੇ ਆਏ ਹੋ, ਜਿਹੜੀ ਸਾਡੇ ਤੋਂ ਵਿਛੜੀ ਹੋਈ ਸੀਗੀ, ਕਾਫੀ ਸਾਰਾ ਸਮਾਨ ਵੀ ਤੁਸੀਂ ਖਰੀਦ ਕੇ ਲੈ ਕੇ ਆਏ ਹੋਵੋਗੇ, ਉਸ ਤੋਂ ਬਿਨਾਂ ਤੁਸੀਂ ਉੱਥੋਂ ਕੀ ਲੈ ਕੇ ਆਏ ਹੋ? ਉੱਥੋਂ ਅਸੀਂ ਪਿਆਰ ਮੁਹੱਬਤ ਲੈ ਕੇ ਆਏ ਹਾਂ ਪਾਕਿਸਤਾਨ ਤੋਂ, ਅਤੇ ਅਸੀਂ ਉੱਥੇ ਪਹਿਲੀ ਵਾਰ ਅਸੀਂ ਅੱਜ ਗਏ ਸੀਗੇ ਉਸ ਗੁਰਦੁਆਰੇ, ਅਤੇ ਇੱਥੋਂ ਤਾਂ ਅਸੀਂ ਕਈ ਵਾਰੀ ਅਸੀਂ ਦਰਸ਼ਨ ਕੀਤੇ ਉਸ ਸਾਈਡ ਤੋਂ, ਅਤੇ ਉਸ ਸਾਈਡ ਤੋਂ ਅੱਜ ਇੱਧਰ ਵਾਲੇ ਸਾਈਡ 'ਤੇ ਪਹਿਲੀ ਵਾਰ ਦਰਸ਼ਨ ਕੀਤੇ, ਬਹੁਤ ਖੁਸ਼ੀ ਹੋਈ ਸਾਨੂੰ। ਕਿਵੇਂ ਦਾ ਨਜ਼ਾਰਾ ਲੱਗ ਰਿਹਾ ਸੀ? ਬਹੁਤ ਵਧੀਆ ਜੀ, ਬਹੁਤ ਵਧੀਆ ਨਜ਼ਾਰਾ ਸੀ ਉੱਥੇ, ਅਤੇ ਐਂ ਲੱਗਦਾ ਸੀ ਅਸੀਂ ਹੈ ਪਰ ਪੰਜਾਬ 'ਚ ਹੀ ਹਾਂ, ਇੰਡੀਆ ਵਾਲੇ।
ਠੀਕ ਹੈ। ਸੋ ਹੋਰ ਹੁਣ ਤੁਹਾਡੀ ਅੱਗੇ ਕੋਈ ਅਰਦਾਸ, ਕੱਲ੍ਹ ਜਥੇਦਾਰ ਸਾਹਿਬ ਨੇ ਵੀ ਤਕਰੀਰ ਕੀਤੀ ਪਾਕਿਸਤਾਨ ਦੇ ਵਿੱਚ, ਉਹਨਾਂ ਨੇ ਕਿਹਾ ਕਿ ਡਾਲਰਾਂ ਡੁਲਰਾਂ ਦੀ ਸਿੱਖਾਂ ਨੂੰ ਕੋਈ ਪਰਵਾਹ ਨਹੀਂ, ਸਾਰੇ ਲਾਂਘੇ ਖੋਲ੍ਹ ਦਿਓ। ਨਹੀਂ ਪਰ ਉੱਥੇ ਫੀਸ ਸੀਗੀ ਅੱਜ $20 ਦੀ, ਅਤੇ ਫਿਰ ਅਸੀਂ ਦਿੱਤੀ ਹੈ, ਕੋਈ ਇਹੋ ਜਿਹੀ ਗੱਲ ਨਹੀਂ, ਪਰ $20 ਦੇ ਕੇ ਸਾਨੂੰ ਆਪਣੇ ਬਾਬੇ ਦੇ ਘਰ ਜਾਣ ਦਾ ਮੌਕਾ ਮਿਲਦਾ। ਇਹ ਕੋਈ $20 ਕੋਈ ਐਡੀ ਵੱਡੀ ਰਕਮ ਹੈ ਨਹੀਂ, ਜੇ ਫ੍ਰੀ ਹੋ ਜਾਵੇ ਤਾਂ ਵੈਲ ਐਂਡ ਗੁੱਡ ਹੈ, ਪਰ ਅਦਰਵਾਈਜ਼ ਕੋਈ ਗੱਲ ਨਹੀਂ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ, ਜਿਹੜੇ ਇੱਥੇ ਜਾਂਦੇ ਹੈ ਪਾਕਿਸਤਾਨ ਵਾਸਤੇ ਰਜਿਸਟ੍ਰੇਸ਼ਨ ਕਰਵਾ ਕੇ, ਜੋ ਰਜਿਸਟ੍ਰੇਸ਼ਨ ਕਰਵਾਉਂਦੇ ਆ ਨਾਲ ਇੱਕ ETA ਫਾਰਮ ਹੈ, ETA ਫਾਰਮ ਇੱਕ ਵਾਰੀ ਫੇਰ ਸੁਣ ਲਓ, ETA ਫਾਰਮ ਹੈ, ਉਹ ਨਾਲ ਲੈ ਕੇ ਜ਼ਰੂਰ ਜਾਇਓ। ਜੇ ਤੁਸੀਂ ਉਹ ਨਹੀਂ ਲੈ ਕੇ ਜਾਂਦੇ ਤਾਂ ਉਹ ਤੁਹਾਨੂੰ ਵਾਪਸ ਭੇਜ ਦਿੰਦੇ ETA ਫਾਰਮ ਲੈ ਕੇ ਜਾਣ ਵਾਸਤੇ, ਉਹਦੇ ਵਿੱਚ ਤੁਹਾਡਾ ਇੱਕ ਘੰਟਾ ਡੇਢ ਘੰਟਾ ਖਰਾਬ ਹੋ ਜਾਂਦਾ। ETA ਫਾਰਮ ਜਦੋਂ ਤੁਹਾਡੀ ਰਜਿਸਟ੍ਰੇਸ਼ਨ ਅਪਰੂਵ ਹੋ ਜਾਂਦੀ ਹੈ ਉਸ ਤੋਂ ਬਾਅਦ ਮਿਲਦਾ? ਜਦੋਂ ETA ਫਾਰਮ ਰਜਿਸਟ੍ਰੇਸ਼ਨ ਹੋ ਗਈ, ਅਪਰੂਵ ਹੋ ਗਈ, ਉਸ ਤੋਂ ਬਾਅਦ ਹੀ 3-4 ਸਟੈਪ ਹੈਗੇ ਆ ਉਹਦੇ। ਉਹਦੇ ਵਿੱਚ ਤੁਹਾਡਾ ਪਾਸਪੋਰਟ ਨੰਬਰ, ਇੱਕ ਫੋਨ ਨੰਬਰ, ਇੱਦਾਂ 2-3 ਸਟੈਪ ਹੈਗੇ, ਉਸ ਤੋਂ ਬਾਅਦ ਤੁਹਾਡਾ ETA ਫਾਰਮ ਆ ਜਾਂਦਾ, ਉਹ ਜ਼ਰੂਰ ਨਾਲ ਲੈ ਕੇ ਜਾਇਓ। ਇਹ ਤੁਸੀਂ ਇੱਕ ਵਾਰੀ ਜ਼ਰੂਰ ਆਪਣੇ ਚੈਨਲ ਦੁਆਰਾ ਸਾਰਿਆਂ ਨੂੰ ਕਹਿ ਦਿਓ, ਇਹਦੇ ਨਾਲ ਤੁਹਾਡੇ 1.5-2 ਘੰਟੇ ਬਚ ਜਾਂਦੇ ਆ। ID ਪਰੂਫ ਸਿਰਫ ਪਾਸਪੋਰਟ? ਪਾਸਪੋਰਟ 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 ਇੱਧਰਲੇ ਪਾਸੇ ਦੇਖਿਆ ਜਾਂਦਾ ਕਿ ਉੱਧਰਲੇ ਪਾਸੇ? ਦੋਨੇ ਪਾਸੇ ਦੇਖਿਆ ਜਾਂਦਾ ਜੀ, ਦੋਨੇ ਪਾਸੇ ਦੇਖਿਆ, ਉਹ ਵੀ ਦੇਖਦੇ ਆ, ਇੰਡੀਆ ਵਾਲੇ ਵੀ ਦੇਖਦੇ ਆ, ਇਹ ਉਹਨਾਂ ਦੀ ਸਿਕਿਉਰਟੀ ਪਰਪਸ ਦਿਖਾ ਕੇ, ਵਧੀਆ ਗੱਲ ਹੈ ਉੱਦਾਂ। ਹਾਂਜੀ, ਸੋ ਕਰਤਾਰਪੁਰ ਸਾਹਿਬ ਜਾਣਾ ਬਿਲਕੁਲ ਔਖਾ ਨਹੀਂ ਰਿਹਾ ਹੈਗਾ, ਉਹਦੇ ਲਈ ਤੁਸੀਂ ਸਿਰਫ ਰਜਿਸਟ੍ਰੇਸ਼ਨ ਕਰਵਾਉਣੀ ਹੈਗੀ ਹੈ, ਔਨਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਹੈ। ਕੁਝ ਦਿਨਾਂ ਦੇ ਬਾਅਦ ਤੁਹਾਨੂੰ ਕਨਫਰਮੇਸ਼ਨ ਆ ਜਾਂਦੀ ਹੈ ਕਿ ਤੁਹਾਡੀ ਜਿਹੜੀ ਯਾਤਰਾ ਹੈਗੀ ਉਹ ਕਨਫਰਮ ਹੋ ਗਈ ਹੈ ਜਾਂ ਫਿਰ ਰੱਦ ਹੋ ਗਈ ਹੈ। ਉਸ ਦੇ ਨਾਲ ਇੱਕ ETA ਫਾਰਮ ਦਾ ਲਿੰਕ ਹੁੰਦਾ ਜਿਹਨੂੰ ਤੁਸੀਂ ਪ੍ਰਿੰਟ ਆਊਟ ਕੱਢ ਕੇ ਨਾਲ ਲੈ ਕੇ ਜਾਣਾ, ਪਾਸਪੋਰਟ ਨਾਲ ਲੈ ਕੇ ਜਾਣਾ। ਭਾਰਤ ਵਾਲੇ ਪਾਸੇ ਅਸੀਂ ਇੱਥੇ ਇੱਧਰ ਹੀ ਡੇਰਾ ਬਾਬਾ ਨਾਨਕ ਸਰਹੱਦ 'ਤੇ ਹੈਗੇ ਹਾਂ ਹੁਣ, ਹਾਲਾਂਕਿ ਉਧਰੋਂ ਬੰਦ ਕਰ ਦਿੱਤਾ ਗਿਆ। ਇੱਥੇ ਇੱਕ ਗੇਟ ਹੈ ਜਿਹਦੇ ਥਰੂ ਤੁਸੀਂ ਅੰਦਰ ਜਾਣਾ, ਉਸੇ ਗੇਟ ਦੇ ਥਾਣੀ ਹੀ ਤੁਸੀਂ ਬਾਹਰ ਆਉਣਾ ਹੈਗਾ, ਅੰਦਰ ਹੀ ਜਾ ਕੇ ਜਿਹੜੀ $20 ਫੀਸ ਹੈ ਉਹ ਦੇਣੀ ਹੈ। ਤੁਸੀਂ ਆਪਣੀ ਕਰੰਸੀ ਲੈ ਕੇ ਜਾਓ, ਅੰਦਰ ਜਿਹੜੀ ਕਰੰਸੀ ਬਦਲਣ ਦੇ ਦਫ਼ਤਰ ਵੀ ਬਣੇ ਹੋਏ ਨੇ, ਤੁਹਾਡੀ ਕਰੰਸੀ ਬਦਲੀ ਜਾਏਗੀ। ਪਾਸਪੋਰਟ ਦੋਵਾਂ ਥਾਵਾਂ 'ਤੇ ਚੈੱਕ ਕੀਤਾ ਜਾਏਗਾ, ਤੁਸੀਂ ਆਰਾਮ ਨਾਲ ਦਰਸ਼ਨ ਕਰਤਾਰਪੁਰ ਸਾਹਿਬ ਦੇ ਕਰ ਸਕਦੇ ਹੋ। ਸਿੱਖ ਕੌਮ ਨੂੰ ਇੱਕ ਵੱਡਾ ਨਜ਼ਰਾਨਾ, ਜਿਹੜਾ ਇੱਕ ਵੱਡਾ ਤੋਹਫਾ ਮਿਲਿਆ ਹੈ ਇਸ ਵਾਰ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ। ਵੀਡੀਓ ਜਰਨਲਿਸਟ ਦਲਪ੍ਰੀਤ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ TV ਲਈ ਡੇਰਾ ਬਾਬਾ ਨਾਨਕ ਸਰਹੱਦ ਤੋਂ ਖਾਸ ਰਿਪੋਰਟ।